ਆਗਾ ਜੀ ਸਕੂਟਰ ਦਾ ਇੰਜਨ ਖੋਲਿਆ ਹੈ ਤੇ ਆ ਗੇਅਰ ਵਾਲੀਆਂ ਹੋ ਗਈਆਂ ਆਪਣੀਆਂ ਗਰਾਰੀਆਂ 1 2 ਤੇ ਆ ਹੋ ਗਈ ਸ਼ਾਫਟ ਆਪਣੀ ਤੇ ਆ ਹੋ ਗਿਆ ਆਪਣਾ ਕਲੱਚ ਕੌਲਾ ਤੇ ਹੈਡ ਦੀ ਆ ਹੋ ਗਿਆ ਆਪਣਾ ਹੈਡ ਸਕੂਟਰ ਦੇ ਵਿੱਚ ਆ ਹੁੰਦੀਆਂ ਜੀ ਕਬੈਲਾਂ ਕਰੰਟ ਬਣਾਉਣ ਵਾਲੀਆਂ ਆਹ ਹੁੰਦੀਆਂ ਗੀਆਂ ਦੋ ਕਬੈਲਾਂ ਕਰੰਟ ਬਣਾਉਂਦੀਆਂ ਅਤੇ ਆਹ ਸਟਾਰਟ ਨੂੰ ਹੁੰਦੀਆਂ ਜੀ ਅਤੇ ਆਹ ਲਿਆਂਦਾ ਕਰੈਂਕ ਦਾ ਕੰਮ ਕਰਾ ਕੇ ਅਤੇ ਆਹ ਕਰੈਂਕ ਰਾਡ ਨਵੀਂ ਪਾਈ ਹੈ ਜੀ ਇਹਦੇ 'ਚ ਬੈਰਿੰਗ ਹੁੰਦਾ ਇੱਕ ਰਾਡ ਨਵੀਂ ਹੁੰਦੀ ਆ ਕਰੈਂਕ ਇਹਨੇ ਲੈਣਾ ਪੈਸਟਨ ਨਾਲ ਇਹਦੇ 'ਚ ਪੈਂਦਾ ਹੁੰਦਾ ਆਪਣਾ ਪੈਸਟਨ ਅਤੇ ਇਹਨੇ ਕਰੰਟ ਬਣਾਉਣਾ ਹੁੰਦਾ ਜੀ ਆਹ ਮੈਗਨਟ ਨੇ ਆਹ ਚੀਜ਼ ਨੇ ਆਹ ਮੈਗਨਟ ਘੁੰਮਦਾ ਹੁੰਦਾ ਇਹਦੇ ਵਿੱਚ ਆਹ ਚੱਲਦੀਆਂ ਕਬੈਲਾਂ ਜੀ ਫਿਰ ਕਰੰਟ ਬਣਦਾ ਅਤੇ ਆਹ ਸਕੂਟਰ ਦਾ ਚੈਂਬਰ ਆ ਅਤੇ ਆਪਣਾ ਮੇਨ ਪ੍ਰੋਜੈਕਟ ਪਿਆ ਆਪਣਾ ਆਹ ਗੇਅਰਾਂ ਦਾ ਜੀ ਇਹ 4 ਗੇਅਰ ਆ ਜੀ ਆਹ ਉੱਪਰਲਾ ਕਰਾਉਣ ਆ ਜੀ ਇਹਨੂੰ ਹੁਣ ਲੱਗੇ ਆਪਾਂ ਸਾਫ਼ ਕਰਨ ਅਤੇ ਹੁਣ ਜੀ ਤੁਹਾਨੂੰ ਸਾਫ਼ ਕਰਕੇ ਬਾਈ ਵੀਡੀਓ ਨਾਲ ਦੀ ਨਾਲ ਸ਼ੇਅਰ ਕਰ ਦਿਓ ਨਾਲ ਸਬਸਕ੍ਰਾਈਬ ਕਰ ਦਿਓ ਜੀ ਫੋਲੋ ਵੀ ਕਰਿਓ ਜੀ ਤੁਹਾਨੂੰ ਦਿਖਾਉਂਦੇ ਹਾਂ ਨਾ ਸਕੂਟਰ ਦੇ ਚੱਕਰ ਕਿੰਨੇ ਹੁੰਦੇ ਆ ਹੁਣ ਦਿਖਾਉਂਦੇ ਹਾਂ ਜੀ ਆਹ ਗੇਅਰ ਜਦੋਂ ਸਕੂਟਰ ਚੱਲਦਾ ਗਾ ਗੇਅਰਾਂ ਦਾ ਕਿੰਨਾ ਕਹਿੰਦਾ ਚੱਕਰ ਹੁੰਦੇ ਸਕੂਟਰਾਂ ਦੇ ਆਹ ਗੇਅਰ ਦੇ ਮੇਨ ਗੇਅਰ ਆ ਜੀ ਇਹ ਦਿਖਾਉਂਦੇ ਤੁਹਾਨੂੰ ਕਿੰਨਾ ਘੁੰਮਦਾ ਹੁੰਦਾ ਜੀ ਇਹ ਮਾੜਾ ਪਰੇ ਹੋ ਜਾ ਸਹੀ